ਜਬੂਰਾਂ ਦੀ ਪੋਥੀ 120 ਅਧਿਆਏ ਉਹਦੀ ਪਹਿਲੀ ਆਏ ਪਵਿੱਤਰ ਵਚਨ ਇਉਂ ਬਿਆਨ ਕਰਦਾ ਵਾ ਕਿ ਦੁੱਖ ਦੇ ਦਿਨ ਮੈਨੂੰ ਪੁਕਾਰ ਅਤੇ ਮੈਂ ਤੈਨੂੰ ਛੁਡਾਵਾਂਗਾ। ਧਰਤੀ ਉੱਤੇ ਹਰ ਇਨਸਾਨ ਦੁਖੀ ਲਾਚਾਰ ਬਿਮਾਰ ਅਤੇ ਪਰੇਸ਼ਾਨ ਵਾ, ਜਿਉਂਦਾ ਜ਼ਰੂਰ ਹੈ ਪਰ ਤੜਫ ਵਿੱਚ, ਦੁੱਖ ਵਿੱਚ ਅਤੇ ਮੁਸੀਬਤ ਵਿੱਚ। ਜਿਵੇਂ ਇੱਕ ਮਛਲੀ ਜਿਉਂਦੀ ਰਹਿੰਦੀ ਹੈ ਪਾਣੀ ਤੋਂ ਬਗੈਰ ਵੀ, ਔਰ ਉਹ ਕਿਵੇਂ ਜਿਉਂਦੀ ਰਹਿ ਸਕਦੀ ਹੈ? ਉਹ ਪਾਣੀ ਦੇ ਵਿੱਚ ਹੀ ਉਹਦੀ ਜ਼ਿੰਦਗੀ ਹੈ, ਪਾਣੀ ਦੇ ਵਿੱਚ ਹੀ ਉਹਦੇ ਸਾਹ ਨੇ। ਇਸੇ ਤਰ੍ਹਾਂ ਹਰ ਇਨਸਾਨ ਦੀ ਜ਼ਿੰਦਗੀ ਪਰਮੇਸ਼ਵਰ ਦੀ ਪਾਕ ਮਰਜ਼ੀ ਦੇ ਵਿੱਚ, ਸੰਗਤ ਦੇ ਵਿੱਚ ਹੀ ਪੂਰੀ ਹੁੰਦੀ ਹੈ। ਇਸ ਲਈ ਅੱਜ ਤੇਰਾ ਜੋ ਵੀ ਦੁੱਖ ਵਾ, ਜੋ ਵੀ ਤੇਰੀ ਮੁਸ਼ਕਲ ਆ, ਤਕਲੀਫ ਆ, ਤੂੰ ਉਹਨੂੰ ਪੁਕਾਰ, ਤੇਰਾ ਪਰਮੇਸ਼ਵਰ ਤੈਨੂੰ ਛੁਡਾਵੇਗਾ। ਉਹਦਾ ਤੇਰੇ ਨਾਲ ਵਾਅਦਾ ਵਾ, ਉਹ ਤੈਨੂੰ ਬਚਾ ਲਵੇਗਾ। ਆਮੀਨ।